الرجيم بسم الله الرحمن الرحيم صلوات الحمد لله جعلنا من الباقين على مصائب الحسين صلوات صدات دے لٹ لٹ کے تے جد تک پئی فوجی عرب دی عیش میر عباس دی آئیو لاشی اتے کر کے توہین ادب دی ایک دو سارے زدار کرو سوال نبی دبا سے کمی نہ توہین کیری کر کے آیا ہے اوہی کہتا وچ سارا مظلوم دا دے بے ہاتھ چادر زینب دی ایک گتا عباس دی لاش تے نچ دے کھڑا ہے تان دے کے آدھے اٹھی دیکھ عباس او تیریاں بھینا کو کئی امن دی جا نہیں سیدہ راضی ہو بالا ہونے دعا کرے نا کہ اس غم دے سوا شل پوری زندگی کہیں غم نہ رو نیاز مولا میں تھوڑا ایک لمحہ بھی ضائع نہیں کیتا آخری مکانا ہی جتنا ہو سنگے ویڑے بطول کو رج کے پرستے ہو بزرگ چہرے میرے سامنے بیٹھے میں اپنی تمہید دا آغاز ایک مرحوم ذاکر دے بابا جان جملے تو شروع کرے نا درجات بلند و من حافظ محمد علی خان بلوچ دے کربلائی صاحب اپڑ دے رانے ہیں پہلے کٹھا نے وط لٹا نے وط خیام کو اگ انج لائی نے جی میں شکاری جنگل کل میری غریب نہ لے امیر نال تے گل لے بابا ہک خیمہ جل ونجے آ بی بی اگلے خیمے چ لگی ہیں ونجے نا اتھے ایک جملہ چھوڑی وینا ہم تو سونی ہے کی تھی تو دی ہے دی خاطر او جملہ پڑی ونا بابا جس خیمے دے وچ عباس بغیر اجازت دے نہیں ویندا شام غریباں ایہو ویلا ہاں شمر گھوڑے تے بہ کے داخل بالا نے جنا ہے کی تھی جوانی امانو ویرن اس غم دے سوا بابا کہیں غم وچ ہے نہ کرو ایک کتا پہلے خیمے چ داخل ہوئے بی بی اگلے خیمے چ لگیاں گئیں اگلے خیمے چ داخل ہویاں بی بی اگلے خیمے چ لگیاں گئیاں ماتمی و ازادارو ہی خیمہ ایو جیاں آ بچے علی دی دھی دمو فرات علی پاس پھر گئی ہے ترو رو کیا دی سلطان وفا دی نگری دا اپئی پچھ دی بھین سلا ہے آ شمر گیا ہے وچ خیمے اندے تیج بھین دی لٹن دی دا بالا سیدہ راضی ہو اس غم دے سوا شل کہے غم وچ ہے نہ کرو میں کہ بابا نے خیام نو اگ لائیے راوی حمید بن مسلم دو تو چار لفظ تے وین شروع پیا کرے نا حمید روایت کریں دے ان خیام کو اگ لائیے میں ایک ٹبے تے کھڑ کے دہدا رہی ہاں ادے جد آخری خیمہ بچے نے میں ڈٹھے ایک پردادار بی بی اے جری کئی دفعہ جلدے ہوئے خیمے دے قریب ہوئے دی ادھے اگ دے شولے بلند ہیں خیمے چ داخل نہیں ہو سن دی
ਰੋਂਦੀ ਹੋਈ ਪਿੱਛਾਂ ਤੇ ਹੱਟ ਆਉਂਦੀ ਆਈ। ਇੱਕ ਲਾਜ਼ੀਆਂ ਨਾ ਆਪਣਾ ਕਰਬਲਾ ਸ਼ਾਮੇ ਗਰੀਬਾਂ ਤੇ ਗਿਣ ਮੰਜੋ। ਬਾਬਾ ਇਹੋ ਵੇਲਾ ਹਾਂ ਜਿਹੜਾ ਅਲੀ ਦੀਆਂ ਧੀਆਂ ਦੇ ਖਿਆਮ ਕੋ ਅੱਗ ਲੱਗੀ ਹੋਈ ਆਈ। ਹਮੀਦਾ ਦੇ ਜਿਹੜਾ ਮੈਂ ਡਿੱਠਾ ਮੈਂ ਮਰਦ ਹੈ, ਮੈਂ ਕੋਈ ਅਹਿਸਾਸ ਆਇਆ, ਮੈਂ ਟੁਰਦੋ ਹੋਇਆ ਬੀਬੀ ਦੇ ਕਰੀਬ ਆਇਆ। ਮੈਂ ਕਿ ਬੀਬੀ ਦੱਸ, ਈ ਖੇਮੇ ਦੇ ਵਿੱਚ ਤੇਰਾ ਕੋਈ ਕੀਮਤੀ ਸਮਾਨ ਤਾਂ ਨਹੀਂ ਰਹਿ ਗਿਆ। ਹਮੀਦਾ ਦੇ ਮੈਂ ਕੁਡੋ ਰੋ ਕੇ ਆਦੀ, ਮੇਰਾ ਕੀਮਤੀ ਸਮਾਨ ਹੋਵਿਆ ਮੈਂ ਛੋੜ ਦੇਵਾਂ ਹਾਂ, ਮੇਰੇ ਪੁੱਤਰੇ ਅਗਰ ਚਾਹ ਦੇਣਾ ਮੈਂ ਤੇਰੀ ਜੰਨਤ ਦੀ ਜ਼ਮੀਨ ਹਾਂ। ਸਯਦਾ ਰਾਜ਼ੀ ਹੋਣੇ ਇੰਜ ਹੱਕ ਬਣਦਾ ਜਿਵੇਂ ਹੁਣ ਰਲ ਕੇ ਹੈ ਕੀ। ਬਾਬਾ ਹਮੀਦਾ ਦੇ ਮੈਂ ਮਰਦ ਹੈ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਅਦੇ ਅੱਗ ਦੇ ਸ਼ੋਲੇ ਬੁਲੰਦ ਹੈ, ਮੈਂ ਖੇਮੇ ਦੇ ਵਿੱਚ ਦਾਖਲ ਨਹੀਂ ਹੋ ਸਕਾਂ। ਹਮੀਦਾ ਦੇ ਮੈਂ ਮਰਦ ਹੋ ਕੇ ਪਿੱਛਾ ਤੇ ਹਟ ਆਇਆ। ਥੋੜ੍ਹੀ ਦੇਰ ਦੇ ਬਾਅਦ ਜੋ ਮੈਂ ਡਿੱਠਾ, ਕੋਈ ਏਡੀ ਸ਼ੇਰ ਦਿਲ ਖਾਤੂ ਨਹੀਂ, ਦੌੜਦੀ ਹੋਈ ਖੇਮੇ ਤੋਂ ਲੱਗੀ ਗਈ ਹੈ, ਰੋਂਦੀ ਵੀ ਗਈ ਹੈ ਤੇ ਰੋ ਰੋ ਕੇ ਆਦੀ ਆਈ, ਹਮੀਦ ਤੇਰਾ ਲੱਗਦਾ ਜੋ ਕੁਛ ਨਹੀਂ। ਜਵਾਨ ਚਈ ਵਧੀ ਆਈ, ਬਤ ਮਕਤਲ ਦਾ ਮੋਹ ਕਰਕੇ ਆਦੀ ਆਈ, ਹੁਸੈਨ ਉਧਾਰ ਲਹਿ ਗਿਆ ਤੈ ਮੇਰਾ ਅਕਬਰ ਚਾਇਆ ਹਾ, ਮੈਂ ਤੇਰਾ ਸਜਾਦ ਚਈਆ ਦੇ। ਬਾਲਾ ਸਯਦਾਂ ਰਾਜ਼ੀ ਹੋਣੇ, ਇੰਜ ਨਹੀਂ ਬਾਈ, ਇੱਕ ਮੰਜ਼ਲ ਗਿਰੀ ਅੱਜ ਬੁਲੰਦ ਕਰੋ ਤੇ ਮੈਂ ਵਹਿਣ ਕਰਾਂ। ਆਖਰੀ ਮੁਕਾਣੇ ਮੈਂ ਉਸ ਟਾਈਮ ਦੇ ਦੁੱਖ ਸ਼ੁਰੂ ਕੀਤੇ ਜਿਹਨਾਂ ਅਲੀ ਦੀਆਂ ਧੀਆਂ ਦੇ ਸਾਰੇ ਮਾਣ ਮੁੱਕ ਗਏ ਹਨ। ਨਿਆਜ਼ ਮੌਲਾ ਅਲੀ ਦੀਆਂ ਧੀਆਂ ਕੋ ਰੱਜ ਕੇ ਪੁਰਸਾ ਦੇਵੋ। ਬਿਮਾਰ ਕਰਬਲਾ ਕੋ ਬਾਬਾ ਅਲੀ ਬਾਦਸ਼ਾਹ ਦੀ ਧੀ ਨੇ ਕਰਬਲਾ ਦੀ ਜ਼ਮੀਨ ਤੇ ਸਮਾਇਆ, ਖਿਆਮ ਜਲ ਗਏ ਹਨ, ਨਾਲ ਯਤੀਮਾਂ ਦੇ ਪੂਰ ਕੋ ਸਮਾਇਸ। ਬਾਬਾ ਸੜੀਓ ਚੋਪ ਕਨਾ ਦੀ ਮੇਰੀ ਸੈਣ ਹੱਥ 'ਚ ਗਿਣ ਕੇ ਨਾ, ਬਿਮਾਰ ਔਰ ਯਤੀਮਾਂ ਦੇ ਚੋ ਗਿਰਦ ਪਾਰਾ ਦੇਂਦੀ ਖੜੀਏ। ਬਾਬਾ ਪਾਰੇ ਦੇਂਦੀ ਖੜੀਏ ਤੇ ਨਜਫ ਵਾਲੇ ਪਾਸੇ ਮੂੰਹ ਕਰਕੇ ਬਾਬੇ ਅਲੀ ਨਾਲ ਗੱਲਾਂ ਹੀ ਕਰੇਂਦੀ ਖੜੀਏ, ਰੋ ਰੋ ਕੇ ਆਦੀ ਖੜੀਏ। ਬਾਬਾ ਸਾਰਾ ਦੀ ਪੁੱਤਰਾਂ ਦੀਆਂ ਜੰਗਾਂ ਤੜੇ ਦਰੇ ਹਾਜ਼ਰ ਅਧੀ ਦੇ ਬਾਹਰੇ ਤੜੇ। ਬਾਲਾ ਹੋਣੇ ਬਾਬਾ ਇਸ ਗਮ ਦੇ ਸਿਵਾ ਸ਼ਲ ਕਹੇ ਗਮ ਵਿੱਚ ਹੈ ਨਾ ਕਰੋ, ਰੋ ਗਿਆ ਦੀ ਬਾਬਾ ਉਹ ਲੜਨ ਵਾਲੇ ਪੁੱਤਰਾਂ ਨੀ ਪਾਰਾ ਦੇਵਣ ਵਾਲੀ ਧੀ ਆਈ, ਪੁੱਤਰਾਂ ਦੀ ਜੁਰਤ ਬਸਾਲਤ ਡਿੱਠੀ ਆਈ, ਆ ਜ਼ਰਾ ਧੀ ਦਾ ਹੌਸਲਾ ਦੇਖ। ਸ਼ੁਜਬਾਦ ਵਾਲੇ ਉਹ ਅੱਠਵਾਂ ਚੱਕਰ ਮੇਰੀ ਸੈਣ ਵਲਦੀ ਪਈ ਆਈ। ਬਾਬਾ ਕਿਆ ਦੇਠੈਸ, ਕੋਈ ਘੋੜੇ ਸਵਾਰੇ ਜਿਹੜਾ ਘੋੜਾ ਦੌੜਾ ਆਉਂਦਾ, ਜਿਹਨਾਂ ਅਲੀ ਦੀ ਧੀ ਚਾਚਾ ਘੋੜੇ ਸਵਾਰ ਕੋ ਆਂਦਾ ਡਿੱਠੇ ਨਾ। ਬਾਬਾ ਬੀਆ ਵਸਤ ਕੋਈ ਨਹੀਂ ਲੱਗਾ, ਇਹ ਤਾਂ ਤੁਸੀਂ ਸਾਰੇ ਜਾਣਦੇ ਹੋ, ਜਿਹਨਾਂ ਔਖਾ ਵੇਲਾ ਆ ਵਨੇ ਬਤ ਮਾਣ ਵਾਲੇ ਰਿਸ਼ਤੇ ਬਹੁ ਯਾਦ ਆਉਂਦੇ। ਮੇਰੀ ਸੈਣ ਦਾ ਮੂੰਹ ਫਿਰ ਗਏ ਮਕਤਲ ਵਾਲੇ ਪਾਸੇ ਤੇ ਰੋ ਰੋ ਕੇ ਆਦੀ, ਅਕਬਰ ਜਾਗ ਮੈਂ ਤੇ ਕੋ 18 ਸਾਲ ਬੁਰਕਿਆਂ 'ਚ ਪਲੈਂਦੀ ਰਹੀ ਹਾਂ। ਬੀਬੀ ਆਦੀ ਅਕਬਰ ਮੈਂ 18 ਸਾਲਾਂ ਦੀ ਉਜਰਤ ਮੰਗਦੀ ਹਾਂ, ਨਾਨੇ ਦੀ ਉਮਤ ਬੇਵਾਰੇ ਸਮਝ ਕੇ ਮੈਂ ਕੋ ਦੂਜੀ ਦਫਾ ਲੁੱਟਣ ਪਈ। ਬਾਬਾ ਅਕਬਰ ਦੀ ਲਾਸ਼ ਤੜਫ ਗਈ, ਆਂਦੇ ਪੁੱਪੀ ਮਾਂ ਉਸ ਵੇਲੇ ਸਦਈ ਜਦੋਂ ਬਰਛੀ ਖਾ ਗਈ ਏ, ਓਏ ਮਾਤਮੀਓ ਦੂਜੀ ਅਕਲ ਮੇਰੀ ਸੈਣ ਕਹਿੰਦੇ ਨਾ ਮਾਰੀਏ, ਮਕਤਲ ਦੋ ਮੋਹ ਕਰਕੇ ਆਦੀ ਏ ਕਾਸਿਮ ਜਾਗ ਪੁੱਪੀ ਸੜੇ ਦੀ ਈ। ਬਾਬਾ ਹਸਨ ਦੇ ਯਤੀਮ ਦੇ ਟੁਕੜੇ ਤੜੇ ਫਗਾਏ ਨਾ ਚਾਚਾ, ਟੁਕੜੇ ਟੁਕੜੇ ਚੋ ਆਵਾਜ਼ ਆਉਂਦੇ ਫੁੱਫੀ ਅੰਮਾ ਉਸ ਵੇਲੇ ਸਦਈ ਜਿਹਨਾਂ ਸਜੇ ਦੇ ਘੋੜੇ ਖੱਬੇ ਭਰ ਗਏ ਨਾ, ਖੱਬੇ ਦੇ ਘੋੜੇ ਸਜੇ ਭਰ ਗਏ ਨਾ। ਬਾਬਾ ਇਤਨੇ ਤਾਂ ਘੋੜੇ ਸਵਾਰ 20 ਕਦਮ ਨੇੜੇ ਆ ਗਿਆ, ਅਲੀ ਦੀਦੀ ਕਿਵੇਂ ਲੈ ਘੋੜੇ ਸਵਾਰ ਦੁੱਧ ਦੀਏ, ਵਤ ਸੁੱਤੇ ਹੋ ਯਤੀਮਾਂ ਦੁੱਧ ਦੀਏ, ਵਤ ਹੌਸਲਾ ਜਮ੍ਹਾਂ ਕਰਕੇ ਆ ਦੀਏ ਘੋੜੇ ਸਵਾਰ ਹੋ ਜੇ ਲੁੱਟਣਾ ਲੈ ਵਾਪਸ ਵਲਵਾਂ ਮੈਂ ਦੀਗਰ ਦੀ ਲੁੱਟੀ ਗਈ ਆਂ। ਬੀਬੀ ਆਦੀ ਘੋੜੇ ਸਵਾਰ ਮੇਰੀ ਮਾਂ ਦੀ ਚਾਦਰ ਲੁੱਟੀ ਗਈ ਏ, ਬੀਬੀ ਆਦੀ ਘੋੜੇ ਸਵਾਰ ਮੇਰੀ ਦੀ ਦਾਜ ਲੁੱਟਾ ਗਏ। ਸਯਦਾਂ ਰਾਜ਼ੀ ਹੋਣੇ ਇਸ ਗਮ ਦੇ ਸਿਵਾ ਸ਼ਲਕੇ ਗਮ ਵਿੱਚ ਆਏ ਨਾ ਕਰੋ। ਬਾਬਾ ਘੋੜੇ ਸਵਾਰ ਦੇ ਚਿਹਰੇ ਦੇ ਉੱਤੇ ਨਕਾਬ ਪਈ, ਪਰਦੇ ਦੇ ਅੰਦਰੋਂ ਰੋਂਦੇ ਹੀ ਆਏ,
चाचा घोड़े तुरेंदा आए जदा 15 कदम नेड़े आए बीबिया दी घोड़े सवार इथाई रुकवान मैं उस पियो दी धिया जेरा एक रोटी मंगणा लेनो कतारां दिया महारां दे छुड़ेंदा अगर मेरे कोल कोई शक बच गई होवे आ तेरे आमण दी जरूरत न पोवे आ बाबा जदा बीबी ने गल कीती है घोड़े सवारी कोई गल कीती है या कोई ना बैठा घोड़े दी जीन तेरी आए आदे बीबी आप ता कई जो मैं सखी पियो दी धिया मैं लंबा सफर करके आंदा पिया अगर कोई शे मंगा मैनू खाली नवल से बीबी आ दिए घोड़े सवार ओ मैं कुछ थका होया लगदा पानी न मंगे सैयदा राजी होने वैन को कबूल हमने बाबा बीबिया दी मैं कुछ थका होया लगदा है मैं को प्यासा लगदा है मेरे कोल पानी न मंगे अगर मेरे कोल पानी होवे आ मेरा हुसैन तुसा न मरी जेहा अगर मेरे कोल पानी होवे आ मेरा असगर तुसा न मरी जेहा घोड़े सवार दे बीबी पानी नहीं मंगदा खाना नहीं मंगदा अल्लाह दे नां ते दसा कितने भिरावां दी भेड़ घोड़े सवार मैं 18 दी भेणा आधे नहीं पुछदा जो हुण 18 किन गए ना नहीं पुछदा जो 18 दा नाम किया है अल्लाह दे नां ते दसा 18 चुमान केरे बिरा दे बाबा मान दा नाम आया है ज़ैनब दा मुंह फुरात आले पास फिर गया है अकल मार के आ दिए गाजी जाग ज़ैनब सड़े दिए आ दिए गाजी जाग लौट पाए गई भला ने सैयदा राजी होने वीरन मातम कबूल होने इथै छोड़ी बहना है तू जो एडा सोना रो पी है तरी मोहब्बत करे देवे एक मातमल वैंड करे ना थोड़ी मदद करे सो बाबा जेडा पता लगने जो नजव दवाली नजव छोड़ के आ गई है ओ मातमियो जीवे जो सारे परददार मिट्टी ते रोंदे बैठे आए ना बाबा सारियां ने मिट्टी छोड़ दीती है कई सजुली चुमके आ दिए बाबा उंदी दा सलाम वी जेरी राह च लुटी गई है कई खबूजी चुमके आ दिए बाबा बे औलादी दा सलाम वे ओए मातमियो दिया दे बाद नुहां दा नंबर आया है अकबर दी मां सामने आई है आदिए नजव दवाली मेरा सोना हाथ बरछी खा गई है अली मौला दी आवाज आंदी है तेरे तराजिया तेरे अकबर तराजिया वत कासिम दी मां सामने आई है आदिए नजव दवाली मेरा जीदा हाथ घोड़े भर गए अली मौला दी आवाज आंदी है तेरे तराजिया तेरे कासिम तेरा जिया ओ शुजाबाद मातमियो धिया रुनिए नली मौला तसली दीती है अकबर दी मां रुनिए अली मौला हौसला दीता है कासिम दी मां रुनिए अली मौला दिलासा दीता है त्रीजे नंबर दे उते इक इयो जेनो सामने आई है खैबर दा दर पटन वाला अली है त्रै दफा उठइए वत बैठइए बाबा ए केरी बीबी आई आ असगर दी मां असगर दे चोले चई वदी आई आ आदी आई नजाउ दवाली आ उना दे जवान न मैदा बोली नहीं बोल भला ने सैयदा राजी होने देंदे हो इजाजत करा एक मातम लवाएं मैं तो इतना ही छोड़ी बहना है ओ बहन करे ना जेरे बहन ना थोड़ी धरती को मोहब्बत है न्याजे मोला सारे अजदार मेरे आले पास देखो बाबा हिक लाजा जियन कर बला शामे गरीबा ते घिन वंजो इयो टाइम आई जदा धरती ए कर बला दे उते दूने जे बुलांदो है भाई जान हिक मशरे काले पासो हिक मगरे वाले पासो करो सवाल नवी दबा सिना नेजा दे उते केरी केरी शाय आई है जितने हलके दे मातमी बैठे हो थक मातम दी दावत देना बाबा पहले ने जते जख्मी सर हुसैन दा दूजे ने जते उमल मसैब दीरदा है पहले ने जते जख्मी सर हुसैन दा
ਡੂ ਜਨੇ ਜਤੇ ਉਮਰ ਮਸਾਹਿਬ ਦੀ ਰਿਦਾ ਉਹ ਮਾਤਮੀਓ ਇਡੂ ਇਹ ਮੰਜ਼ਰਾ ਇਡੂ ਹੁਸੈਨ ਦੀ ਚਾਰ ਸਾਲਾਂ ਦੀ ਰੀ ਬਾਬਾ ਉਥਾਈਏ ਜਿੱਥਾਂ ਨਜਾਉਦਾ ਵਾਲੀ ਰੋਂਦਾ ਖੜਾ ਰੋ ਪਿਆ ਦੀ ਦਾਦਾ ਆ ਦੇਖ ਦਾਦਾ ਖੁਸ਼ੀਆਂ ਦੇ ਤਬਲ ਪੈ ਵਜਦੇ ਹਿਲ ਮੈਂ ਦੇ ਪਿਓ ਦੀ ਲਾਸ਼ ਤੇ ਪੈ ਘੋੜੇ ਭਜਦੇ ਹਿਲ ਵਾਲਾ ਨੇ ਸੈਦਾ ਰਾਜ਼ੀ ਹੋਣੇ ਇੰਜ ਨਹੀਂ ਜਿਤਨੇ ਹਲਕੇ ਦੇ ਮਾਤਮੀ ਉਹ ਸਰ ਛਾਵੋ ਬੜਾ ਔਖਾ ਵਹਿਣੇ ਅਗਰ ਇਸ ਵਹਿਣ ਤੇ ਬਾਬਾ ਰੋਣ ਨਾ ਆਵੇ ਤਾਂ ਸਰ ਦਾ ਮਾਤਮ ਕਰ ਛੁੜਾਏ ਇਹਦੀ ਮੌਲਾ ਦੀ ਆਵਾਜ਼ ਆਉਂਦੀ ਮਸੂਮਾ ਜ਼ਰਾ ਮੇਰੇ ਕਰੀਬ ਆ ਬਾਬਾ ਤੋੜੀਏ ਹੁਸੈਨ ਦੀ ਧੀ ਆ ਕੇ ਦਾਦੇ ਦੇ ਗੱਲ ਚ ਬਈ ਪਾਈਆਂ ਨੇ ਆਦੀਏ ਦਾਦਾ ਅੱਲਾ ਦੇ ਨਾਂ ਤੇ ਦੱਸਾ ਤੇਰੇ ਗੱਲ ਤੇ ਖੂਨ ਕਿਉਂ ਲੱਗਾ ਹੋਇਆ ਹੈ ਆਵਾਜ਼ ਆਉਂਦੀ ਮਸੂਮਾ ਤੇਰਾ ਬਾਬਾ ਕੱਲਾ ਨਹੀਂ ਕੁਸਦਰੀਆ ਅਸਾਂ ਪੰਜ ਤਨ ਪਾਕ ਕੁਸਦੇ ਰਾਇਆ ਹੈ ਮੈਂ ਕੁ ਤੂੰ ਦੱਸਾ ਤੇਰੇ ਕੰਨਾਂ ਤੇ ਖੂਨ ਕਿਉਂ ਲੱਗਾ ਹੋਇਆ ਹੈ ਹਲਕੇ ਦੇ ਮਾਤਮੀ ਸਰ ਦਾ ਮਾਤਮ ਕਰਾਇਆ ਦੁਨੀਏ ਦੀ ਹੁਸੈਨ ਦੀ ਰੋ ਕੇ ਆਦੀ ਦਾਦਾ ਕਿ ਦੱਸਾਵਾਂ ਉਹ ਕੁੜੀਆਂ ਉਵੇਂ ਬਾਂਦਰ ਗਈਆਂ ਦੁਰ ਲਹਾਏ ਨੇ ਦਾਜ ਲੁੱਟ ਗਏ ਦੋਨੇ ਖੇਮੇ ਵੀ ਜਲਾਏ ਨੇ ਹੈ ਕੁੜੀਆਂ ਉਵੇਂ ਬਾਂਦਰ ਗਈਆਂ ਦੁਰ ਲਹਾਏ ਨੇ ਦਾਜ ਲੁੱਟ ਗਏ ਦੋਨੇ ਖੇਮੇ ਵੀ ਜਲਾਏ ਨੇ ਸਾਮੀਨ।